ਜਿਵੇਂ ਭਾਈ ਬ੍ਰਹਮਾਨੰਦ ਦੀ ਬੇਟੀ ਜਦੋਂ ਰਿਬਕਾ ਦਾ ਵਿਆਹ ਸੀਗਾ ਤਾਂ ਭਾਈ ਜੋਰਜ ਸਮਿਥ ਨੇ ਕਿਹਾ ਕਿ ਮੈਂ ਤੁਹਾਡੀ ਬੇਟੀ ਨਾਲ ਸ਼ਾਦੀ ਕਰਾਉਣਾ ਚਾਹੁੰਦਾ ਹਾਂ, ਮੈਂ ਉਹਨੂੰ ਪਸੰਦ ਕਰਦਾ। ਔਰ ਪ੍ਰਭੂ ਨੇ ਮੈਨੂੰ ਕਿਰਪਾ ਦਿੱਤੀ ਜੋਰਜ ਸਮਿਥ ਨਾਲ, ਭਾਈ ਬ੍ਰਹਮਾਨੰਦ ਦੇ ਜਵਾਈ ਨਾਲ ਕਈ ਵਾਰ ਮਿਲਣ ਦੀ, ਫੋਟੋ ਵੀ ਆ ਮੇਰੀਆਂ ਉਹਦੇ ਨਾਲ, ਹੁਣ ਵੀ ਸੰਪਰਕ ਵਿੱਚ ਹੈ। ਤਾਂ ਬ੍ਰਹਮਾਨੰਦ ਨੇ ਕੀ ਉਹਦੇ ਲਈ ਕੰਡੀਸ਼ਨ ਰੱਖੀ? ਬ੍ਰਹਮਾਨੰਦ ਨੇ ਕਿਹਾ ਠੀਕ ਹੈ ਵੀ ਤੂੰ ਪਵਿੱਤਰ ਆਤਮਾ ਪਾ ਲੈ, ਮੈਂ ਤੈਨੂੰ ਹਾਂ ਕਰ ਦੂੰਗਾ ਵਿਆਹ। ਆਮੇਨ, ਹਾਲੇਲੂਯਾ। ਔਰ ਇੱਕ ਦਿਨ ਦੀ ਗੱਲ ਹੈ, ਉਹ ਦੌੜਾ ਦੌੜਾ ਆਇਆ ਔਰ ਬਹੁਤ ਖੁਸ਼ੀ 'ਚ ਸੀਗਾ। ਤਾਂ ਭਾਈ ਬ੍ਰਹਮਾਨੰਦ ਕੋ ਆਇਆ, ਭਾਈ ਬ੍ਰਹਮਾਨੰਦ ਨੂੰ ਉਹਨੇ ਬੁਲਾਇਆ। ਭਾਈ ਬ੍ਰਹਮਾਨੰਦ ਕਹਿੰਦਾ ਇਹ ਦੱਸਣ ਆਇਆ ਤੂੰ ਪਵਿੱਤਰ ਆਤਮਾ ਪਾ ਲਿਆ? ਆਮੇਨ। ਭਾਈ ਬ੍ਰਹਮਾਨੰਦ ਤੇ ਪ੍ਰਭੂ ਨੇ ਖੋਲਿਆ, ਇਹ ਹੈ ਯੋਗਤਾ। ਹਾਲੇਲੂਯਾ, ਇਹ ਹੈ ਯੋਗਤਾ। ਲੇਕਿਨ ਇਹ ਕੀ ਦੇਖ ਰਿਹਾ? ਉਹਦੇ ਪੜ੍ਹਾਈ ਨਰਸੀਆ, ਬਾਹਰ ਨੌਕਰੀ ਮਿਲ ਜਾਂਦੀ, ਜਾਂਦੀ ਸਰਕਾਰੀ, ਠੀਕ ਹੈ। ਆਇਆ ਉਹ ਆ, ਮੈਂ ਇਹ ਨਹੀਂ ਚਾਹੁੰਦਾ ਕਹਿੰਦਾ ਨਾ ਜਾਓ, ਠੀਕ ਹੈ। ਮੈਂ ਇਹ ਕਹਿ ਰਿਹਾ ਕਿ ਧਿਆਨ ਕਿੱਥੇ? ਮੈਂ ਇਹ ਕਹਿ ਰਿਹਾ ਤੁਹਾਡਾ ਪਹਿਲਾ ਪ੍ਰਾਥਮਿਕਤਾ, ਪ੍ਰਮੁੱਖਤਾ, ਇੰਪੋਰਟੈਂਸ, ਮਹੱਤਤਾ ਕਿਹੜੀ ਚੀਜ਼ ਲਈ? ਕਿਉਂਕਿ ਅਜਿਹੀ ਨਬੀ ਦਾ ਪ੍ਰਚਾਰ ਇਹ ਸੁਣਿਆ, ਪਰਮੇਸ਼ਵਰ ਉਹਨਾਂ ਨੂੰ ਕਿਉਂ ਦੋਸ਼ੀ ਠਹਿਰਾ ਰਿਹਾ? ਵੀ ਪਹਿਲਾਂ ਤੁਸੀਂ ਆਪਣਾ ਕੰਮ ਲੱਗੇ, ਪ੍ਰਭੂ ਦਾ ਕਹਿੰਦੇ ਬਾਅਦ ਚ ਹੋ ਜਾਊਗਾ। ਤੁਸੀਂ ਪਹਿਲਾਂ ਪ੍ਰਭੂ ਦਾ ਕਰੋ, ਆਪਣੇ ਬਾਅਦ ਚ ਕਰੋ।